ਤਿੰਨ ਤੇ ਚਾਰ ਤਰੀਕ ਨੂੰ ਗੱਲ ਹੋਈ ਇੱਦਾਂ ਗਰੁੱਪ ਦੇ ਵਿੱਚ ਆਪਾਂ ਸਾਰਾ ਸਵਾਰ ਉਹਦੀਆਂ ਗੱਲਾਂ ਕਰਦਾ ਡੈਡੀ ਜੀ ਮੈਨੂੰ ਇੱਕ ਸਾਲ ਦੇ ਦਿਓ ਮੇਰੀ ਅਗਲੇ ਸਾਲ ਜੂਨ ਦੀ ਅਪੁਆਇੰਟਮੈਂਟ ਹੈ ਮੈਂ ਉਦੋਂ ਮੈਨੂੰ ਫਾਈਨਲ ਤਰੀਕ ਮਿਲੀ ਹੋਈ ਜੀ ਮੇਰਾ ਡਿਸੀਜਨ ਹੋ ਜਾਣਾ ਤਾਂ ਪੱਕਾ ਹੋ ਗਿਆ ਆਖਰੀ ਵਾਰ ਜਦੋਂ ਬੇਟੇ ਨਾਲ ਗੱਲ ਹੋਈ ਹੈ ਕੀ ਕਿਸ ਤਰ੍ਹਾਂ ਦਾ ਕੁਛ ਸੀਗਾ ਕੀ ਗੱਲ ਹੋਈ ਸੀ ਤਿੰਨ ਚਾਰ ਤਰੀਕ ਨੂੰ ਗੱਲ ਹੋਈ ਲੱਗੇ ਕੀ ਕਹਿੰਦੇ ਸੀ ਕਿੰਨਾ ਹੀ ਮੈਂ ਕਿਹੜੀ ਸਾਲ ਆਊਂਗਾ ਮੈਂ ਕਵੀਰ ਦੇ ਵਿਆਹ ਚ ਨਹੀਂ ਆਉਣਾ ਉਹਦਾ ਵਿਆਹ ਤੁਸੀਂ ਕਰ ਲਓ ਮੈਂ ਆਪਣੀ ਭੈਣ ਦਾ ਵਿਆਹ ਕਰੂੰਗਾ ਆ ਕੇ ਅਗਲੇ ਸਾਲ ਬੇਟਾ ਕਦੋਂ ਗਿਆ ਸੀਗਾ ਬਾਹਰ ਜਨਵਰੀ 15 ਦੇ ਵਿੱਚ ਤੁਹਾਨੂੰ ਪਤਾ ਲੱਗਾ ਕਿ ਬੇਟੇ ਦਾ ਇਸ ਤਰ੍ਹਾਂ ਹਾਦਸਾ ਵਾਪਰ ਰਿਹਾ ਹੈ ਬੇਟੇ ਬਾਰੇ ਦੱਸਿਆ ਵੀ ਉਹਨੂੰ ਅਟੈਕ ਹੋਇਆ ਸੀ ਪਰਿਵਾਰ ਨਾਲ ਬੇਟਾ ਪਹੁੰਚਿਆ ਛੋਟਾ ਬੇਟਾ ਗਿਆ ਮੇਰਾ ਉੱਥੇ ਕੈਨੇਡਾ ਕੈਨੇਡਾ ਤੋਂ ਅਮਰੀਕਾ ਗਿਆ ਘੰਟਾ ਕੁ ਪਹਿਲਾਂ ਪਹੁੰਚਿਆ ਉੱਥੇ ਉੱਥੇ ਸਾਡੀ ਫੈਮਿਲੀ ਮੈਂਬਰ ਵੀ ਹੈਗੇ ਨੇ ਥੋੜ੍ਹੇ ਜਿਹੇ ਵੀ ਹੈਗੇ ਉਹ ਸਲਾਹ ਕਰਕੇ ਉਹਦੇ ਪੇਪਰ ਵਰਕ ਉਹਦੇ ਨਾ ਗਵਾਚ ਕੇ ਉਹਦੇ ਗੱਡੀ ਦਾ ਜਦੋਂ ਐਕਸੀਡੈਂਟ ਹੋਇਆ ਨਾ ਉਹਦੇ ਕਰਕੇ ਫਿਰ ਉੱਥੋਂ ਸਲਾਹ ਕਰਕੇ ਦੱਸਣਗੇ ਵੀ ਕਿੱਦਾਂ ਹੋ ਸਕਦਾ ਤੁਹਾਡਾ ਕੀ ਨਾਮ ਸੁਖਦੇਵ ਤੁਹਾਡਾ ਕੀ ਲੱਗਦਾ ਮੇਰਾ ਪਤੀ ਪਏ ਤੇਰਾ ਵਿਆਹ ਕਰੀਏ ਮੈਨੂੰ ਕਹਿੰਦਾ ਭਾਪਾ ਮੈਂ ਆ ਜਾਂਗਾ ਮੇਰੇ ਡੈਡੀ ਨੂੰ ਆਖੋ ਮੈਨੂੰ ਇੱਥੇ ਛੁੱਟੀ ਦਵਾਵੇ ਤੇ ਮੈਂ ਆ ਜਾਂਗਾ ਮੈਨੂੰ ਦਿਲਾਸਾ ਦਿੱਤਾ ਮੈਂ ਜ਼ਰੂਰ ਆਵਾਂਗਾ ਫਿਰ ਤੋਂ ਬਾਅਦ ਬਹੁਤਾ ਚਿਰ ਮੈਂ ਗੱਲ ਨਹੀਂ ਕਰ ਸਕਦਾ ਬਿਮਾਰ ਰਹਿੰਦਾ ਮੈਂ ਗੱਲਾਂ ਬਾਤਾਂ ਕਰਕੇ ਮੈਂ ਆਪਣੀ ਮਾਤਾ ਨੂੰ ਬੜਾ ਦਿੱਤਾ ਆ ਹੱਸਦਾ ਬੜਾ ਪਾਪਾ ਤੂੰ ਤਗੜਾ ਜੇ ਕਈ ਗੱਲਾਂ ਕੀਤੀਆਂ ਉਹਨੇ ਮੈਂ ਕਿਹਾ ਮੈਂ ਬਜ਼ੁਰਗ ਹੋ ਗਿਆ ਮੈਂ ਚਲੇ ਜਾਣਾ ਤੇ ਤੁਸੀਂ ਹੋਣਾ ਵਿਆਹ ਵੀ ਤੁਹਾਡੇ ਹੋ ਜਾਣਾ ਫਿਰ ਉਹ ਕਹਿੰਦਾ ਨਹੀਂ ਉਹ ਨਹੀਂ ਜਾਂਦਾ ਮੈਂ ਆ ਜਾਣਾ ਮਿਲਾਂਗਾ ਜੇ ਤੈਨੂੰ ਉਸ ਤੋਂ ਬਾਅਦ ਹੱਸਦਾ ਰਿਹਾ ਹੱਸਦੇ ਮੈਂ ਵੀ ਬੰਦ ਕਰਤਾ ਪਤਾ ਨਹੀਂ ਸੁਣਿਆ ਜਾਂਦਾ ਕੰਮ ਲੱਗਾ ਸੀ ਮਿਸਤਰੀਆਂ ਦਾ ਮੈਂ ਪਿੱਛੇ ਲੱਗਿਆ ਘਰ ਬਹੁਤ ਚੰਗਾ ਬੱਚਾ ਆਪਣੇ ਹੱਥਾਂ ਨਾਲ ਕਢਾਇਆ ਉਹ ਜਦ ਪਾਉਂਦੀ ਹੈ ਮੈਨੂੰ ਉਦਾਂ ਹੀ ਮਿੰਟ ਬਾਅਦ ਆਪਾਂ ਦੂਜੇ ਦੇ ਵੱਜਦੇ ਨਹੀਂ ਸੀ ਆਈ ਪੱਠਾ ਹੀ ਘਰ ਸੀਗਾ ਤੋਂ ਕੰਧ ਨਹੀਂ ਸੀ ਸੰਸਕਾਰ ਹੁਣ ਭਤੀਜਾ ਛੋਟਾ ਮੇਰਾ ਸੀਗਾ ਕੈਨੇਡਾ ਉਹ ਹੁਣ ਗਿਆ ਉਹਦੇ ਕੋਲ ਤੇ ਪਹੁੰਚ ਗਿਆ ਚਲੋ ਜੋ ਉੱਥੋਂ ਡਿਸੀਜਨ ਲੈਣਗੇ ਰਿਸ਼ਤੇਦਾਰ ਵੀ ਇੱਥੇ ਹੈਗੇ ਜਿਹਨਾਂ ਨੇ ਉਹਨੂੰ ਸਾਂਭਿਆ ਹੋਇਆ ਬੇਬਾ
ਇੱਕ ਹੁਣ ਉਹ ਉਡੀਕ ਕਰ ਰਹੇ ਹਾਂ ਕੀ ਸੁਨੇਹਾ ਹੁੰਦਾ ਆ ਇੱਥੇ ਵੀ ਸਾਰੀ ਲਗਤਾਂ ਦੀ ਕੁਛ ਵੀ ਨਹੀਂ ਦੱਸਣ ਜੋ ਪਿਆ ਸੀ ਕਿਉਂਕਿ ਸਾਨੂੰ ਪਤਾ ਹੀ ਨਹੀਂ ਗਾ ਉਹ ਹੁਣ ਉਹਨੇ ਦੱਸਣਾ ਅਤੇ ਅਸੀਂ ਸਾਰਿਆਂ ਨੂੰ ਦੱਸਣਾ ਅਗਲਾ ਪ੍ਰੋਗਰਾਮ ਜੋ ਹੋਣਾ ਤੁਹਾਡੇ ਪਿੰਡ ਦੇ ਇੱਕ ਦੁਰਗੇ ਦੀ ਮੌਤ ਹੋਈ ਅਮਰੀਕਾ ਵਿੱਚ ਕਿਸ ਤਰ੍ਹਾਂ ਦਾ ਬੱਚਾ ਸੀ ਬੜਾ ਹੀ ਹੋਣਹਾਰ ਖੁਸ਼ ਦਿਲ ਮਿਜਾਜ ਦਾ ਉਹ ਲੜਕਾ ਸੀ ਗੁਰਭੇਜ ਸਿੰਘ ਔਰ ਇੱਕ ਵਧੀਆ ਸਕੂਲ ਦਾ ਪੜ੍ਹਿਆ ਹੋਇਆ ਬੱਚਾ ਜੋ ਰੋਜ਼ੀ ਰੋਟੀ ਕਮਾਉਣ ਦੇ ਲਈ ਵਰਕ ਪਰਮਿਟ 'ਤੇ ਅਮਰੀਕਾ ਗਿਆ ਸੀ 2015 ਦੇ ਵਿੱਚ ਔਰ ਉੱਥੇ ਆਪਣਾ ਕੰਮਕਾਰ ਵਧੀਆ ਚਲਾਉਂਦਾ ਪਿਆ ਸੀ ਵਿੱਚ ਕਿਤੇ ਇੱਕ ਸੱਟ ਚੋਟ ਉਹਦੇ ਲੱਗ ਗਈ ਸੀ ਪਰ ਉਹ ਸੱਟ ਚੋਟ ਤੋਂ ਵੀ ਉੱਭਰ ਆਇਆ ਸੀ ਬਾਅਦ 'ਚ ਆ ਹੁਣ 7 ਤਰੀਕ ਨੂੰ ਤੋਂ ਪਹਿਲਾਂ 5 ਤਰੀਕ ਨੂੰ ਫੋਨ ਆਇਆ ਜਿਹੜਾ ਲਾਸਟ ਪਰਿਵਾਰ ਨੂੰ ਕਿ ਉਹ ਬਿਮਾਰ ਹੋਇਆ ਅਤੇ 7 ਤਰੀਕ ਨੂੰ ਜਿਹੜਾ ਲਾਸਟ ਪਤਾ ਚੱਲਿਆ ਕਿ ਉਹਦੀ ਡੈਥ ਹੋ ਗਈ ਹੈ ਅਟੈਕ ਦੇ ਨਾਲ ਅਤੇ ਬੜੀ ਦੁੱਖਦਾਈ ਘਟਨਾ ਹੋਈ ਹੈ ਪਰਿਵਾਰ ਲਈ ਅਸਹਿਣ ਘਟਨਾ ਹੈ ਨਹੀਂ ਸਹਿਆ ਜਾਂਦਾ ਔਰ ਬੱਚੇ ਅਸੀਂ ਬਾਹਰ ਭੇਜਦੇ ਹਾਂ ਕਮਾਈਆਂ ਕਰਨ ਵਾਸਤੇ ਪਰ ਜਦੋਂ ਵਾਪਸ ਨਹੀਂ ਮੁੜਦੇ ਅਤੇ ਇਹ ਬੜਾ ਵੱਡਾ ਘੱਟ ਹੈ ਇਹ ਸਰਕਾਰਾਂ ਨੂੰ ਵੀ ਸਾਡੀਆਂ ਨੂੰ ਸੋਚਣਾ ਚਾਹੀਦਾ ਕਿ ਸਾਨੂੰ ਇੱਧਰ ਰੁਜ਼ਗਾਰ ਦਿੱਤਾ ਜਾਏ ਤਾਂ ਜੋ ਸਾਡੇ ਬੱਚੇ ਵਿਦੇਸ਼ਾਂ 'ਚ ਜਾ ਕੇ ਇਹੋ ਜਿਹੀਆਂ ਨਾ ਸ਼ਿਕਾਰ ਹੋਣ ਘਟਨਾਵਾਂ ਦਾ।